ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੰਪ੍ਰੀਤ ਔਨਲਾਈਨ ਲੁਧਿਆਣਾ ਤੋਂ ਗੱਲ ਕਰੀਏ ਰਨ ਫੋਰ ਸੇਵ ਵਾਟਰ ਐਂਡ ਸਿਟੀ ਕਲੀਨ ਐਂਡ ਗ੍ਰੀਨ ਮਿੰਨੀ ਮੈਰਾਥੋਨ 2019 ਜਿਹਦੇ ਵਿੱਚ ਦੋ ਰੇਸਾਂ ਕਰਵਾਈਆਂ ਜਾ ਰਹੀਆਂ ਨੇ, 10 ਕਿਲੋਮੀਟਰ ਅਤੇ 3 ਕਿਲੋਮੀਟਰ। ਸ਼ਹੀਦ ਭਗਤ ਸਿੰਘ ਮੋਰਨਿੰਗ ਵਾਕਰਸ ਕਲੱਬ ਵੱਲੋਂ ਦੱਸ ਦਈਏ ਵੈਨਿਊ ਈ ਬਲੋਕ ਮਾਰਕੀਟ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਤੋਂ ਇਹ ਮੈਰਾਥੋਨ ਸ਼ੁਰੂ ਹੋਵੇਗੀ। ਅਸੀਂ ਇੱਕ ਮਿੰਨੀ ਮੈਰਾਥਨ 2019 ਜੋ ਕਿ ਸਾਡੀ ਕਲੱਬ ਸ਼ਹੀਦ ਭਗਤ ਸਿੰਘ ਮੋਰਨਿੰਗ ਵਾਕਰ ਕਲੱਬ ਵੱਲੋਂ ਅਸੀਂ ਅਰੇਂਜ ਕਰਨ ਜਾ ਰਹੇ ਹਾਂ, ਜੋ ਕਿ 7 ਜੁਲਾਈ ਦਿਨ ਐਤਵਾਰ ਨੂੰ ਸਾਡੇ ਇੱਥੇ ਭਗਤ ਸਿੰਘ ਨਗਰ ਦੀ ਮੇਨ ਮਾਰਕੀਟ ਈ ਬਲੋਕ ਮਾਰਕੀਟ ਤੋਂ ਸਟਾਰਟ ਹੋਣੀ ਹੈ। ਉਸ ਵਿੱਚ ਅਸੀਂ ਦੋ ਈਵੈਂਟ ਰੱਖੇ ਨੇ, ਜਿਹਦੇ ਵਿੱਚ 10 ਕਿਲੋਮੀਟਰ ਰੇਸ ਹੋਵੇਗੀ ਅਤੇ ਸੈਕਿੰਡ 3 ਕਿਲੋਮੀਟਰ ਫਨ ਰਨ ਹੋਵੇਗੀ, ਜਿਸ ਵਿੱਚ 10 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਦੌੜ 'ਚ ਇੰਤਰੀ ਕਰਨਗੇ। ਇਹ ਦੌੜ ਦਾ ਜਿਹੜਾ ਮੁੱਖ ਉਦੇਸ਼ ਸਾਡਾ ਰੱਖਿਆ ਗਿਆ ਹੈ ਮੋਟੋ ਆ, ਉਹ ਸੇਵ ਵਾਟਰ ਅਤੇ ਸਿਟੀ ਕਲੀਨ ਐਂਡ ਗ੍ਰੀਨ, ਉਸ ਨੂੰ ਲੈ ਕੇ ਅਸੀਂ ਅੱਗੇ ਵੱਧ ਰਹੇ ਹਾਂ, ਕਿਉਂਕਿ ਜੋ ਅੱਜ ਦਾ ਸਮਾਂ ਪਾਣੀ ਦੀ ਜਿਹੜੀ ਦੁਰਵਰਤੋਂ ਹੋ ਰਹੀ ਹੈ, ਉਹਨੂੰ ਪਾਣੀ ਨੂੰ ਬਚਾਉਣਾ, ਵੱਧ ਤੋਂ ਵੱਧ ਉਹਨੂੰ ਯੂਟੀਲਾਈਜ਼ ਸਹੀ ਤਰੀਕੇ ਨਾਲ ਕਰਨਾ, ਅਤੇ ਦੂਸਰਾ ਜਿਹੜਾ ਹੈਗਾ ਸਾਡਾ ਵਾਤਾਵਰਨ ਨੂੰ ਵਧੀਆ ਬਣਾਉਣ ਲਈ, ਸਾਫ਼ ਸੁਥਰਾ ਰੱਖਣ ਲਈ ਸ਼ਹਿਰ ਨੂੰ, ਅਸੀਂ ਉੱਦਣ ਸਾਫ਼ ਸਫਾਈ ਦੇ ਨਾਲ ਨਾਲ ਵਾਤਾਵਰਨ ਨੂੰ ਸਹੀ ਕਰਨ ਲਈ ਪੌਦੇ ਵੀ ਵੰਡ ਰਹੇ ਹਾਂ, ਜੋ ਕਿ ਉਸ ਮੈਰਾਥਨ ਤੋਂ ਬਾਅਦ ਜਿਹੜੇ ਸਾਡੇ ਪਾਰਟੀਸਪੈਂਟ ਆਉਣਗੇ, ਕੋਸ਼ਿਸ਼ ਕਰਾਂਗੇ ਹਰ ਇੱਕ ਪਾਰਟੀਸਪੈਂਟ ਨੂੰ ਇੱਕ ਇੱਕ ਪੌਦਾ ਦਿੱਤਾ ਜਾਵੇ, ਜੋ ਉਹ ਪੌਦਾ ਲਗਾਉਣ ਤੋਂ ਬਾਅਦ ਉਹਦੀ ਕੇਅਰ ਵੀ ਕਰੇ, ਇਹ ਬਚਨ ਵੀ ਲਵਾਂਗੇ ਉਦੋਂ ਅਸੀਂ। ਅਤੇ ਬਾਕੀ ਕਲੱਬ ਵੱਲੋਂ ਜਿਹੜੇ ਇਹੋ ਜਿਹੇ ਈਵੈਂਟ ਰੱਖੇ ਗਏ ਆ, ਇਹਨੂੰ ਇੱਕ ਸੋਸ਼ਲੀ ਤਰੀਕੇ ਨਾਲ ਅਸੀਂ ਯੂਜ਼ ਕੀਤਾ ਗਿਆ, ਅਤੇ ਸਾਡੀ ਕੋਸ਼ਿਸ਼ ਆ ਬਈ ਇਹਦੇ ਵਿੱਚ ਅਸੀਂ ਕੋਈ ਰਜਿਸਟ੍ਰੇਸ਼ਨ ਕੋਈ ਫੀਸ ਨਹੀਂ ਰੱਖੀ, ਇਹਦੇ ਸਾਰੇ